ਮਦਈ ਹੈਗੇ ਨੇ ਕਪਿਲ ਚੌਹਾਨ ਜੀ, ਸਨ ਆਫ ਅਮਰਦੀਪ ਚੌਹਾਨ, ਵਾਸੀ ਐਸ ਕੇ ਟੇਲਰਸ ਬਿਲਡਿੰਗ ਨੰਬਰ 65 ਪਹਿਲੀ ਫਲੋਰ ਅੰਮ੍ਰਿਤਸਰ ਜੀ। ਇਹਨਾਂ ਦਾ ਆਪਸੀ ਕੋਈ ਚੱਲਦਾ ਸੀ ਬਿਜ਼ਨਸ ਦਾ ਵਗੈਰਾ ਚੱਲਦਾ ਨੇ ਸੋਨੇ ਦਾ, ਅਜੀਵ ਵਰਮਾ ਨਾਲ ਜੀ, ਠੀਕ ਹੈ ਜੀ, ਪੁਰਾਣਾ ਕਾਫੀ ਚੱਲਦਾ ਸੀ 5-10 ਸਾਲ ਤੋਂ। ਹੁਣ ਇਹ ਸੋਨਾ ਲੈ ਕੇ ਆਇਆ ਸੀ 17-18 ਨੂੰ ਸਰ, ਲੈ ਕੇ ਆਇਆ ਸੀ 5 ਕਿਲੋ 208 ਗ੍ਰਾਮ ਜੀ। ਅਤੇ ਇਹਨਾਂ ਨੇ ਫਿਰ ਮੁੜ ਕੇ ਸੋਨਾ ਵਾਪਸ ਨਹੀਂ ਕੀਤਾ। ਇਹਨੇ ਕਿਹਾ ਵੀ ਜਿਹੜੇ ਗਾਹਕ ਆ ਸਾਡੇ ਉਹ ਆਓ ਸੋਨਾ ਲੈ ਕੇ, ਗਾਹਕ ਜਿਹੜੇ ਹੈਗੇ ਆਏ ਨੇ, ਪਰ ਇੱਕ ਗਾਹਕ ਆਇਆ, ਬਾਕੀ ਗਾਹਕ ਨਹੀਂ ਆਏ ਜੀ। ਇਸ ਸੰਬੰਧੀ ਫਿਰ ਜਿਹਨੂੰ ਵਾਪਸ ਸੋਨਾ ਨਹੀਂ ਕੀਤਾ ਜੀ, ਇਹਨਾਂ ਦੇ ਚਾਰਾਂ ਤੇ ਸੁਜੀਵ ਵਰਮਾ, ਰੋਹਨ, ਸੰਯਮ ਅਤੇ ਸ਼ਿਲਪਾ ਇਹਨਾਂ ਦੀ ਵਾਈਫ, ਮੁਕੱਦਮਾ ਨੰਬਰ 108 ਮੇਰੀ 24/7/24 ਨੂੰ 406/406 ਦਰਜ ਕੀਤਾ ਗਿਆ ਜੀ। ਉਸ ਤੋਂ ਬਾਅਦ ਇਹਨਾਂ ਨੂੰ ਸਰ ਫੜਿਆ ਗਿਆ 24/8/24 ਨੂੰ ਹੈਦਰਾਬਾਦ ਤੇਲੰਗਾਨਾ ਤੋਂ ਜੀ। ਅਤੇ ਅੱਜ ਇਹਨਾਂ ਹੁਣ ਤੋਂ ਬਰਾਮਦਗੀ ਸਰ ਕੀਤੀ ਗਈ ਆ 2 ਕਿਲੋ 310 ਗ੍ਰਾਮ ਸੋਨਾ ਅਤੇ 36.10 ਗ੍ਰਾਮ ਸੋਨਾ ਰੈਕੈਟ ਹੀਰਾ ਬਰਾਮਦ ਇਹਨਾਂ ਕੀਤਾ ਗਿਆ ਜੀ। ਅਤੇ 5 ਇਹਨਾਂ ਦਾ ਰਿਮਾਂਡ ਲਿਆ ਗਿਆ, ਇਹਨਾਂ ਪੁੱਛਗਿੱਛ ਰੇਂਜ ਕਰਨਾ ਸੀ। ਇੱਕ ਦੀ ਬੇਲ ਹੋ ਗਈ ਜੀ, ਅਤੇ ਸ਼ਿਲਪਾ ਲੇਡੀ ਦੀ ਜੀ, ਅਤੇ ਬਾਕੀ 3 ਗ੍ਰਿਫਤਾਰ ਨੇ ਜੀ। ਸੋਨੇ ਦੇ ਸਰ ਗਹਿਣੇ ਦੀ ਸੀ ਜੀ। ਇਹ ਸਾਰਾ ਕੁਝ ਜੋ ਵੀ ਕੀਤਾ ਗਿਆ ਸਾਰਾ ਇਹਨਾਂ ਦਾ ਟੈਕਨੀਕਲੀ ਬਿਹਾਵ 'ਤੇ ਕੀਤਾ ਗਿਆ ਵਾ, ਅਤੇ ਇਹਨਾਂ ਨੂੰ ਜਾ ਕੇ ਗ੍ਰਿਫਤਾਰ ਕੀਤਾ ਗਿਆ ਤੇਲੰਗਾਨਾ ਹੈਦਰਾਬਾਦ ਤੋਂ ਜੀ। ਇਹਨਾਂ ਦਾ ਜਿਹੜੀ ਬਾਕੀ ਜਿਹੜਾ ਸੋਨਾ ਬਰਾਮਦ ਕਰਨਾ ਬਾਕੀ ਹੈ ਜੀ, ਇਹ ਕਿੱਥੇ ਹੋਰ ਨਾਲ ਸੋਨਾ ਵੇਚਿਆ, ਠੱਗੀਆਂ ਬਾਰੀਆਂ ਸਾਰਾ ਵੈਰੀਫਾਈ ਕਰਨ ਦੇ ਜਾਂਦੇ। ਮਦਈ ਹੈਗੇ ਨੇ ਕਪਿਲ ਚੌਹਾਨ ਜੀ, ਸਨ ਆਫ ਅਮਰਦੀਪ ਚੌਹਾਨ, ਵਾਸੀ ਐਸ ਕੇ ਟੇਲਰਸ ਬਿਲਡਿੰਗ ਨੰਬਰ 65 ਪਹਿਲੀ ਫਲੋਰ ਅੰਮ੍ਰਿਤਸਰ ਜੀ। ਇਹਨਾਂ ਦਾ ਆਪਸੀ ਕੋਈ ਚੱਲਦਾ ਸੀ ਬਿਜ਼ਨਸ ਦਾ ਵਗੈਰਾ ਚੱਲਦਾ ਨੇ ਸੋਨੇ ਦਾ, ਅਜੀਵ ਵਰਮਾ ਨਾਲ ਜੀ, ਠੀਕ ਹੈ ਜੀ, ਪੁਰਾਣਾ ਕਾਫੀ ਚੱਲਦਾ ਸੀ 5-10 ਸਾਲ ਤੋਂ। ਹੁਣ ਇਹ ਸੋਨਾ ਲੈ ਕੇ ਆਇਆ ਸੀ 17/8/23 ਨੂੰ ਸਰ, ਲੈ ਕੇ ਆਇਆ ਸੀ 5 ਕਿਲੋ 208 ਗ੍ਰਾਮ ਜੀ। ਅਤੇ ਇਹਨਾਂ ਨੇ ਫਿਰ ਮੁੜ ਕੇ ਸੋਨਾ ਵਾਪਸ ਨਹੀਂ ਕੀਤਾ। ਇਹਨੇ ਕਿਹਾ ਵੀ ਜਿਹੜੇ ਗਾਹਕ ਆ ਸਾਡੇ ਉਹ ਆਓ ਸੋਨਾ ਲੈ ਕੇ, ਗਾਹਕ ਜਿਹੜੇ ਹੈਗੇ ਆਏ ਨੇ, ਪਰ ਇੱਕ ਗਾਹਕ ਆਇਆ, ਬਾਕੀ ਗਾਹਕ ਨਹੀਂ ਆਏ ਜੀ। ਇਸ ਸੰਬੰਧੀ ਫਿਰ ਜਿਹਨੂੰ ਵਾਪਸ ਸੋਨਾ ਨਹੀਂ ਕੀਤਾ ਜੀ, ਇਹਨਾਂ ਦੇ ਚਾਰਾਂ ਤੇ ਸੁਜੀਵ ਵਰਮਾ, ਰੋਹਨ, ਸੰਯਮ ਅਤੇ ਸ਼ਿਲਪਾ ਇਹਨਾਂ ਦੀ ਵਾਈਫ, ਮੁਕੱਦਮਾ ਨੰਬਰ 108 ਮੇਰੀ 24/7/24 ਨੂੰ 406/406 ਦਰਜ ਕੀਤਾ ਗਿਆ ਜੀ। ਉਸ ਤੋਂ ਬਾਅਦ ਇਹਨਾਂ ਨੂੰ ਸਰ ਫੜਿਆ ਗਿਆ 24/8/24 ਨੂੰ ਹੈਦਰਾਬਾਦ ਤੇਲੰਗਾਨਾ ਤੋਂ ਜੀ। ਅਤੇ ਅੱਜ ਇਹਨਾਂ ਹੁਣ ਤੋਂ ਬਰਾਮਦਗੀ ਸਰ ਕੀਤੀ ਗਈ ਆ 2 ਕਿਲੋ 310 ਗ੍ਰਾਮ ਸੋਨਾ ਅਤੇ 36.10 ਗ੍ਰਾਮ ਸੋਨਾ ਰੈਕੈਟ ਹੀਰਾ ਬਰਾਮਦ ਇਹਨਾਂ ਕੀਤਾ ਗਿਆ ਜੀ। ਅਤੇ 5 ਇਹਨਾਂ ਦਾ ਰਿਮਾਂਡ ਲਿਆ ਗਿਆ, ਇਹਨਾਂ ਪੁੱਛਗਿੱਛ ਰੇਂਜ ਕਰਨਾ ਸੀ। ਇੱਕ ਦੀ ਬੇਲ ਹੋ ਗਈ ਜੀ, ਅਤੇ ਸ਼ਿਲਪਾ ਲੇਡੀ ਦੀ ਜੀ, ਅਤੇ ਬਾਕੀ 3 ਗ੍ਰਿਫਤਾਰ ਨੇ ਜੀ। ਸੋਨੇ ਦੇ ਸਰ ਗਹਿਣੇ ਦੀ ਸੀ ਜੀ। ਇਹ ਸਾਰਾ ਕੁਝ ਜੋ ਵੀ ਕੀਤਾ ਗਿਆ ਸਾਰਾ ਇਹਨਾਂ ਦਾ ਟੈਕਨੀਕਲੀ ਬਿਹਾਵ 'ਤੇ ਕੀਤਾ ਗਿਆ ਵਾ, ਅਤੇ ਇਹਨਾਂ ਨੂੰ ਜਾ ਕੇ ਗ੍ਰਿਫਤਾਰ ਕੀਤਾ ਗਿਆ ਤੇਲੰਗਾਨਾ ਹੈਦਰਾਬਾਦ ਤੋਂ ਜੀ। ਇਹਨਾਂ ਦਾ ਜਿਹੜੀ ਬਾਕੀ ਜਿਹੜਾ ਸੋਨਾ ਬਰਾਮਦ ਕਰਨਾ ਬਾਕੀ ਹੈ ਜੀ, ਇਹ ਕਿੱਥੇ ਹੋਰ ਨਾਲ ਸੋਨਾ ਵੇਚਿਆ, ਠੱਗੀਆਂ ਬਾਰੀਆਂ ਸਾਰਾ ਵੈਰੀਫਾਈ ਕਰਨ ਦੇ ਜਾਂਦੇ। ਮਦਈ ਹੈਗੇ ਨੇ ਕਪਿਲ ਚੌਹਾਨ ਜੀ, ਸਨ ਆਫ ਅਮਰਦੀਪ ਚੌਹਾਨ, ਵਾਸੀ ਐਸ ਕੇ ਟੇਲਰਸ ਬਿਲਡਿੰਗ ਨੰਬਰ 65 ਪਹਿਲੀ ਫਲੋਰ ਅੰਮ੍ਰਿਤਸਰ ਜੀ। ਇਹਨਾਂ ਦਾ ਆਪਸੀ ਕੋਈ ਚੱਲਦਾ ਸੀ ਬਿਜ਼ਨਸ ਦਾ ਵਗੈਰਾ ਚੱਲਦਾ ਨੇ ਸੋਨੇ ਦਾ, ਅਜੀਵ ਵਰਮਾ ਨਾਲ ਜੀ, ਠੀਕ ਹੈ ਜੀ, ਪੁਰਾਣਾ ਕਾਫੀ ਚੱਲਦਾ ਸੀ 5-10 ਸਾਲ ਤੋਂ। ਹੁਣ ਇਹ ਸੋਨਾ ਲੈ ਕੇ ਆਇਆ ਸੀ 17/8/23 ਨੂੰ ਸਰ, ਲੈ ਕੇ ਆਇਆ ਸੀ 5 ਕਿਲੋ 208 ਗ੍ਰਾਮ ਜੀ। ਅਤੇ ਇਹਨਾਂ ਨੇ ਫਿਰ ਮੁੜ ਕੇ ਸੋਨਾ ਵਾਪਸ ਨਹੀਂ ਕੀਤਾ। ਇਹਨੇ ਕਿਹਾ ਵੀ ਜਿਹੜੇ ਗਾਹਕ ਆ ਸਾਡੇ ਉਹ ਆਓ ਸੋਨਾ ਲੈ ਕੇ, ਗਾਹਕ ਜਿਹੜੇ ਹੈਗੇ ਆਏ ਨੇ, ਪਰ ਇੱਕ ਗਾਹਕ ਆਇਆ, ਬਾਕੀ ਗਾਹਕ ਨਹੀਂ ਆਏ ਜੀ। ਇਸ ਸੰਬੰਧੀ ਫਿਰ ਜਿਹਨੂੰ ਵਾਪਸ ਸੋਨਾ ਨਹੀਂ ਕੀਤਾ ਜੀ, ਇਹਨਾਂ ਦੇ ਚਾਰਾਂ ਤੇ ਸੁਜੀਵ ਵਰਮਾ, ਰੋਹਨ, ਸੰਯਮ ਅਤੇ ਸ਼ਿਲਪਾ ਇਹਨਾਂ ਦੀ ਵਾਈਫ, ਮੁਕੱਦਮਾ ਨੰਬਰ 108 ਮੇਰੀ 24/7/24 ਨੂੰ 406/406 ਦਰਜ ਕੀਤਾ ਗਿਆ ਜੀ। ਉਸ ਤੋਂ ਬਾਅਦ ਇਹਨਾਂ ਨੂੰ ਸਰ ਫੜਿਆ ਗਿਆ 24/8/24 ਨੂੰ ਹੈਦਰਾਬਾਦ ਤੇਲੰਗਾਨਾ ਤੋਂ ਜੀ। ਅਤੇ ਅੱਜ ਇਹਨਾਂ ਹੁਣ ਇਹਨਾਂ ਤੋਂ ਬਰਾਮਦਗੀ ਸਰ ਕੀਤੀ ਗਈ ਆ 2 ਕਿਲੋ 310 ਗ੍ਰਾਮ ਸੋਨਾ ਅਤੇ 36.10 ਗ੍ਰਾਮ ਸੋਨਾ ਰੈਕੈਟ ਹੀਰਾ ਬਰਾਮਦ ਇਹਨਾਂ ਕੀਤਾ ਗਿਆ ਜੀ। ਅਤੇ 5 ਇਹਨਾਂ ਦਾ ਰਿਮਾਂਡ ਲਿਆ ਗਿਆ, ਇਹਨਾਂ ਪੁੱਛਗਿੱਛ ਰੇਂਜ ਕਰਨਾ ਸੀ। ਇੱਕ ਦੀ ਬੇਲ ਹੋ ਗਈ ਜੀ, ਅਤੇ ਸ਼ਿਲਪਾ ਲੇਡੀ ਦੀ ਜੀ,
ਅਤੇ ਬਾਕੀ ਤਿੰਨ ਗ੍ਰਿਫਤਾਰ ਨੇ ਜੀ। ਸੋਨੇ ਦੀ ਸਰ ਗਹਿਣੇ ਦੀ ਸੀ ਜੀ। ਸਾਰਾ ਕੁਝ ਜੋ ਵੀ ਕੀਤਾ ਗਿਆ ਸਾਰਾ ਇਹਨਾਂ ਦਾ ਟੈਕਨੀਕਲੀ ਬਿਹਾਵ 'ਤੇ ਕੀਤਾ ਗਿਆ ਵਾ, ਅਤੇ ਇਹਨਾਂ ਨੂੰ ਜਾ ਕੇ ਗ੍ਰਿਫਤਾਰ ਕੀਤਾ ਗਿਆ ਤੇਲੰਗਾਨਾ ਹੈਦਰਾਬਾਦ ਤੋਂ ਜੀ। ਇਹਨਾਂ ਤੋਂ ਜਿਹੜੀ ਬਾਕੀ ਜਿਹੜਾ ਸੋਨਾ ਬਰਾਮਦ ਕਰਨਾ ਬਾਕੀ ਹੈ ਜੀ, ਇਹ ਕਿੱਥੇ ਕਿਤੇ ਹੋਰ ਨਾਲ ਸੋਨਾ ਵੇਚਿਆ ਠੱਗੀਆਂ ਬਾਰੇ ਸਾਰਾ ਵੈਰੀਫਾਈ ਕਰਨ ਦੇ ਜਾਂਦੇ।